ਰਾਮ ਰਾਮ ਬਾਈ ਨਰਿੰਦਰ ਖਾਰਾਵਾਸ ਜੀ, ਕੀ ਹਾਲ ਨੇ? ਹਣੀ ਦੋ ਹੋ ਗਏ, ਦੋ ਤਿੰਨ ਗੁੱਡ ਹੋਏ ਯਾਰ। ਦਲਪ੍ਰੀਤ ਪੀਤੇ, ਕੀ ਹਾਲ ਨੇ? ਸਕੋਰ 0-3 ਸਕੋਰ ਨੇ ਮੇਰੇ ਖਿਆਲ ਚ, 3 ਧੌਲ ਮਾਜਰਾ ਖੇੜੀ ਦਾ, 1 ਹੋ ਗਿਆ ਜੀ। ਹਾਂਜੀ ਹਾਂਜੀ ਸੰਦੀਪ ਆ ਗਏ ਵੀਰੇ, ਸੰਦੀਪ ਧੰਨਵਾਦ ਜੀ, ਵਾਧੀ ਆਏ ਨੇ 50 ਰੁਪਏ ਵੀਰੇ, 47 ਰੁਪਏ ਤੇਰੇ। ਚੰਗਾ ਹੁਣ ਮੁੜੇ ਫਿਰ ਜੇ ਮੈਂ ਕਹਿੰਦਾ ਕਰ ਲੈਣਾ ਕੋਈ ਨਹੀਂ।
ਵਧੀਆ 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 ਪੀਤੇ ਵੀਰੇ ਸ਼ਰਟਾ ਸ਼ਰਟਾ ਵਧੀਆ ਵਧੀਆ ਸੁਖਜਿੰਦਰ ਸੂਰੀ ਦੌਲਤਪੁਰ ਜੀ ਪ੍ਰਾਈਜ 9100 ਆ ਵੀਰੇ 9100 ਛੋਟੂ ਮਾ ਜਿਹੜਾ ਨਹੀਂ ਆਇਆ ਬਾਈ ਵਧੀਆ ਵਧੀਆ ਸਿਹਤ ਕਾਇਮਾ ਕਾਇਮਾ ਸੈੱਟ ਆ ਵੀਰੇ ਕਿਰਪਾ ਤੁਹਾਡੀ ਜੱਸਾ ਆਇਆ ਨੀ ਵੀਰੇ ਹੋਰ ਨੀ ਹੈਗਾ ਵੀਰੇ ਲਾਈਵ ਇੱਕ ਹੀ ਆ ਨਵਜੋਤ ਵੀਰੇ ਸਟਾਰਟ ਹੀ ਆ ਮੈਚ ਅਜੇ ਮਿਲਾ 2-3 ਪੁਆਇੰਟ ਜਾਂ 1-3 ਏਦਾਂ ਦੇ ਸਕੋਰ ਨੇ 1-2 ਪੁਆਇੰਟ ਦੀ ਲੀਡ ਆ ਧੌਲ ਮਾਜਰੇ ਦੀ ਜੱਸਾ ਆਇਆ ਨੀ ਵੀਰੇ ਜੱਸਾ ਨੀ ਆਇਆ ਚੀਤਾ ਨੀ ਆਇਆ ਹਾਂਜੀ ਹਾਂਜੀ ਕੀਤੇ ਭਾਈ 1-2 ਪੁਆਇੰਟ ਦਾ ਹੀ ਫਰਕ ਆ ਹਾਂਜੀ ਹਾਂਜੀ ਫਾਈਨਲ ਆ ਵੀਰੇ ਫਾਈਨਲ ਆ ਓਕੇ ਸੰਦੀਪ ਓਕੇ ਓਕੇ ਸਣੀ ਜੌਂਟੀ ਧੌਲ ਮਾਜਰੀ ਨੂੰ ਹਰ ਗਿਆ ਪੀਤੇ ਵਧੀਆ ਵਧੀਆ ਮਾਸਟਰ ਜੀ ਤੁਸੀਂ ਸੁਣਾਓ ਕੀ ਹਾਲ ਨੇ ਜੱਸਾ ਨਹੀਂ ਆਇਆ ਵੀਰੇ ਫਾਈਨਲ ਆ ਫਾਈਨਲ ਆ ਅਨਮੋਲ ਸ਼ਰਮਾ ਜੀ ਰਵੀ ਨਹੀਂ ਆਇਆ ਵੀਰੇ ਨਹੀਂ ਆਇਆ ਬਰਾਬਰੀ ਆ ਸਕੂਲ ਤੇ ਕਿੰਨੇ ਕਿੰਨੇ ਹਨੀ
ਚਾਰ 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 ਬਰਾਬਰ ਆ। ਹੁਣ ਮੇਰੀ ਗੱਲ ਸੁਣ ਲੈ, ਵਧੀਆ ਹੀ ਚਾਹੀਦਾ ਮਾਸਟਰ ਜੀ। ਟੂਰਨਾਮੈਂਟ ਕਰਾਉਣਾ ਤਾਂ ਕਦੋਂ ਕਰਾਉਣਾ? ਮੇਰਾ ਮਾਸਟਰ ਨੂੰ ਕਹਿ ਦੀ ਬਸ, ਹੋਰ ਕੋਈ ਗੱਲ ਦੀ ਲੋੜ ਨਹੀਂ, ਤੂੰ ਮਾਸਟਰ ਨੂੰ ਕਹਿ ਦੀ, ਮਾਸਟਰ ਸੋਨੀ ਨੂੰ ਫੋਨ ਕਰ ਦੇ, ਬਾਕੀ ਗੱਲ ਖਤਮ। ਲਾਈਵ ਕਰਨਾ ਨਾ ਖੇਡਾਂਗੇ ਆਪਾਂ ਬਈ ਯਾਰ, ਮਾਰੇ ਨਹੀਂ ਅੱਜ ਵੀ ਪਿਛਲੀ ਵਾਰ ਤਾਂ ਦਾ ਮੈਂ ਸ਼ੇਰ ਹੂੰ ਯਾਰ। ਪਿਛਲੀ ਵਾਰੀ ਕਿਵੇਂ ਆ? ਪਿਛਲੀ ਵਾਰ ਵੀ ਮੈਂ ਜਿੱਤਿਆ ਬਾਜੀ, ਇੱਧਰ ਨੂੰ ਤੁਹਾਡਾ ਟੀਮਾਂ ਦਾ ਮੈਨੂੰ ਗਾਲਾਂ ਦੇਣ ਲੱਗ ਗਏ ਤੁਸੀਂ, ਵੀ ਇੱਧਰ ਕੌਣ ਸਾਂਭੂ, ਹਰ ਕੇ ਮੈਂ ਦੋਨੇ ਟੀਮਾਂ ਦੀ ਇਹਨਾਂ ਨੂੰ ਬਸ ਛੱਡ ਕੇ ਇੱਧਰ ਆ ਗਿਆ, ਮੈਂ ਖੇਡੇ ਨਹੀਂ। ਤਾਂ ਤਾਂ ਕੱਲ੍ਹ ਮੈਨੂੰ ਚੈਂਪੀਅਨਸ਼ਿਪ ਜੀ ਤਾਂ ਜੀ ਉਹਨਾਂ ਨੇ ਬਹੁਤ ਜ਼ੋਰ ਲਾਇਆ ਮੈਨੂੰ, ਕਹਿੰਦੇ ਨਾਲ ਤਾਂ ਲਾਈਵ ਨਾਲ ਤਾਂ ਕਹਿੰਦੇ ਲਾਈਵ ਕਰ ਨਾਲੇ ਬਹੁਤ ਕਈ ਸਹੀ ਗੱਲ ਨਾ ਪੀਤੇ ਕੋਈ ਝੂਠ ਤਾਂ ਆਦਾ ਸਿਰ ਕੱਲ ਹੀ ਮੈਨੂੰ ਦੱਸਿਆ, ਮੈਨੂੰ ਉਹਨਾਂ ਨੇ ਲਾਈਵ ਨੂੰ ਵੀ ਕਿਹਾ ਮੈਨੂੰ ਲਾਈਵ ਨੂੰ ਵੀ ਖਾਸਾ ਪ੍ਰਾਈਜ਼ ਸੀ ਮਿਲਦਾ 60,000 ਦੇ ਲਗਭਗ ਸੀਗਾ, ਮੈਨੂੰ ਲਾਈਵ ਨੂੰ ਵੀ ਕਿਹਾ ਸੀ ਵੀ ਲਾਈਵ ਵੀ ਕਰਨਾ, ਫਿਰ ਅਸੀਂ ਉੱਥੇ ਭੇਜਿਆ ਸੀ ਅਰਸ਼ ਨੂੰ ਸੱਦੋਵਾਲੀਏ ਨੂੰ ਕੱਲ੍ਹ, ਮੈਂ ਫਿਰ ਉੱਧਰ ਬੜਸਿੱਕਰੀ ਹਰਿਆਣੇ 'ਚ ਗਿਆ ਵਾ ਸੀ, ਵਾਲੀਬਾਲ ਦਾ ਟੂਰਨਾਮੈਂਟ ਫੜਿਆ ਵਾ ਸੀ ਪਹਿਲਾਂ, ਮੈਨੂੰ ਤਾਂ ਐਂਟਰੀ ਵੀ ਦੋ ਟੀਮਾਂ ਭਰ ਲੈ ਕਹਿੰਦੇ ਐਂਟਰੀ ਫ੍ਰੀ ਆ 3,000 ਰੁਪਈਆ, ਆਪਾਂ ਬਾਈ ਐਂਟਰੀ ਹੁੰਦੀ ਆ 200। ਪੀਤਾ ਵੀ ਬਹੁਤ ਤਕੜੀ ਤਾਸ਼ ਖੇਡਦਾ ਰਿਹਾ ਮੇਰੇ ਨਾਲ, ਪੀਤੇ ਨੇ ਵੀ ਇੱਕ ਟੂਰਨਾਮੈਂਟ ਮੇਰੇ ਹਿਸਾਬ ਨਾਲ ਖੇਡਿਆ ਸੀ ਪੀਤੇ, ਹਨਾ ਯਾਰ ਪੀਤੇ ਹਾਰਿਆ ਵੀ ਤੈਨੂੰ ਮੈਂ ਨਾ ਯਾਰ ਇੱਧਰ ਧੂਰੀ ਕਰਨੀ ਇੱਕ ਟੂਰਨਾਮੈਂਟ ਦੇ, ਹਨਾ ਜੇ ਉਹ ਗਰਾਊਂਡ ਨਾ ਬੰਦ ਕਰਦੇ ਨਾ ਹੁਣ ਨੂੰ ਘਰੇ ਜਾ ਕੇ ਪੈ ਜਾਂਦੇ ਸਾਰੇ, ਨੰਬਰਦਾਰ ਆਪ ਤਾਂ ਨਿਕਲ ਗਿਆ ਹੁਣ, ਉਦੋਂ ਕਹਿੰਦਾ ਗਰਾਊਂਡ ਇੱਕ ਚਲਾ ਲਓ ਨੰਬਰਦਾਰ ਨੇ, ਕਿੱਥੇ ਹੁਣ ਨੂੰ ਆਪਣੇ ਦੋਨੇ ਮੈਚ ਖਤਮ ਹੋ ਜਾਣ, ਆਪ ਨਿਕਲ ਗਿਆ ਆਨਲਾਈਨ ਕਰਵਾ ਦੀ ਮੇਰੀ ਉਹ ਚੰਗਾ ਐਂਟਰੀ ਆਨਲਾਈਨ ਖੇਡ ਲੂੰਗਾ ਮੈਂ। ਹਾਂਜੀ ਹਾਂਜੀ ਮਾਸਟਰ ਜੀ ਜ਼ਰੂਰ ਜ਼ਰੂਰ, ਇਹਨੂੰ ਬਾਹਰ ਕੱਢ, ਆਜਾ ਆਜਾ ਭਾਈ ਗੁਰੀ ਦੇ ਨਾਲ ਬਾਗ ਜੀ ਬਾਅਦ ਚ ਤੋਹਫਾ ਦੇਣਾ, ਉਹ ਗਿਫਟ ਕਰਦਾ ਸੀ ਗੁਰੀ ਨੂੰ। ਚਲੋ ਲਾਈਟਾਂ ਨਾ ਬੰਦ ਕਰ ਉਹਨੂੰ ਕਹਿ ਯਾਰ, ਕਰੀ ਆ ਉਹ ਲਾਈਟ ਬੰਦ, ਫਿਰ ਭੁਲੇਖਾ ਜੇ ਪੈਣ ਲੱਗ ਜਾਣੇ ਇਹਨਾਂ ਨੂੰ। ਐਂ ਜੀ ਲੱਗਣ ਲੱਗ ਗਿਆ ਵੀ ਖਾ ਨਹੀਂ ਲਾਉਂਦੇ ਅੱਛਾ ਠੀਕ ਹੈ ਠੀਕ ਆ, ਬਿਲਕੁਲ ਬਿਲਕੁਲ ਪ੍ਰਿੰਸ ਮਾਸਟਰ ਐਂ ਤੁਹਾਡੇ ਐਂ ਲੜਾ ਜਲਾਲ ਦੀ ਆਲਦੀ ਹੁਣ ਰੀੜ ਦੀ ਹੱਡੀ ਬਣਿਆ ਵਾ ਮਾਸਟਰ ਅੱਜ ਕੱਲ੍ਹ। ਹਾਂ ਬਾਈ ਮਾਸਟਰ ਕੱਲ੍ਹ ਨੂੰ ਵਧੀਆ ਆ ਰਹੇ ਨੇ ਸੈੱਟ ਸਾਰੇ ਬਾਈ, ਵਧੀਆ ਜ਼ੋਰ ਬਹੁਤ ਲਾਇਆ ਅਸੀਂ, ਪਰਮਾਤਮਾ ਦੀ ਕਿਰਪਾ ਨਾਲ ਜੇ ਸਾਰੇ ਸੈੱਟ ਆ ਜਾਣ
ਤਾਂ ਬਹੁਤ ਤਕੜਾ ਮੇਲਾ ਹੋਜੂ। ਧਰਮਗੜ 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 ਇੱਧਰ ਆ ਸਲਾਮ ਸਾਈਡ ਕੋਚੜੇ ਛੱਟ ਲੱਗੀ ਉਂਗਲ ਤੇ ਖੇਡਣਗੇ ਕੱਲ ਨੂੰ ਕੋਚੜਾ ਤਾਂ ਪਤਾ ਨੀ ਖੇਡੂ ਜਾਂ ਨਾ ਖੇਡੂ ਕੋਚ ਦੇ ਟੂਰਨਾਮੈਂਟ ਖੇਡਿਆ ਸਾਰੇ ਕੋਚ ਨੇ ਉੱਧਰ ਸੀਮਾ ਜਾਂਦਾ ਰਿਹਾ ਲਾਈਵ ਕਰਕੇ ਆ ਕੋਚ ਦੇ ਪਰਸੋਂ ਕਿੰਨੀ ਤਰੀਕ 28 ਤਰੀਕ ਨੂੰ ਖਾਣੀ ਟੂਰਨਾਮੈਂਟ ਸੀ ਉੱਧਰ ਉਹਦੇ ਉਂਗਲ ਤੇ ਬਾਲ ਵੱਜੀ ਹਾਂ ਹਾਂ ਮਾਸਟਰ ਅੱਜ ਮੈਂ ਕਰਿਆ ਸੀ ਕਿਰਪਾਲ ਲਿਆਲ ਖੇਡਣ ਲਈ ਕਿੰਨੇ ਹੋ ਗਏ ਹਣੀ ਹਣੀ 6 ਬਰਾਬਰ ਸਕੋਰ ਆ ਪ੍ਰਿੰਸ ਵੀਰੇ ਤੁਸੀਂ ਦੇਖਣਾ ਨਾ 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 ਆਪਾਂ ਨਹੀਂ ਦੇ ਸਕਦੇ ਬੈਸਟ ਵਾਲੀ ਜ਼ਿੰਮੇਵਾਰੀ ਕੀ ਜਿਹਨੂੰ ਮਰਜ਼ੀ ਦੇ ਦਈਏ ਓਕੇ ਜੀ ਨੀਰ ਜੀ ਕਮੈਂਟਰੀ ਵਾਲਾ ਹੈ ਨਹੀਂ ਮੈਂ ਨੋਟ ਕਰ ਲੂੰ ਬਸ ਬਾਈ ਲੰਬੜਦਾਰ ਚਲਾ ਗਿਆ ਸੀਗਾ ਕਮੈਂਟਰੀ ਵਾਲਾ ਕੋਈ ਹੈ ਨਹੀਂ 2 ਪੁਆਇੰਟ ਜੇ ਬਾਬੂ ਲੈਂਦਾ ਤਾਂ 200 ਰੁਪਇਆ ਕੋਈ ਗੱਲ ਨਹੀਂ ਉਹ ਕਹਿੰਦਾ ਮੈਂ ਮਰਦਾ ਹੀ ਜੀ ਖੇਡਣਾ ਮਾਸਟਰ ਜੀ ਇਹ ਉਹ ਖੇਡੀ ਗਏ ਨੇ ਇਹਨਾਂ ਨੇ ਵੱਡੇ ਪਲੇਅਰ ਨਹੀਂ ਖੇਡੇ ਆਪ ਹੀ ਖੇਡਣੇ ਸਾਰੀਆਂ ਲੀਗਾਂ ਲੂਗਾਂ ਫਿੱਟ ਹੋ ਗਏ ਬਹੁਤ ਫਰਕ ਪੈਂਦਾ ਬਹੁਤ ਸੋਹਣਾ ਖੇਡਣ ਲੱਗ ਸੈੱਟ ਬਣ ਗਿਆ ਨਰੋਲ ਚ ਬਹੁਤ ਨਰੋਲ ਚ ਤਾਂ ਹਰ ਇੱਕ ਲਈ ਹੁਣ ਉਹ ਲੱਗਦੇ ਨੇ ਪੂਰੀ ਜਿਹੜਾ ਪਹਿਲਾਂ ਹਾਰਨ ਲੱਗਦਾ ਹੁੰਦਾ ਉਹੀ ਜਿੱਤਣ ਲੱਗਦਾ ਹੁੰਦਾ ਇਹ ਕਹਿੰਦੇ 4 ਸਾਲ ਹੋ ਗਏ ਨਹੀਂ ਤੇਰੇ ਆਹੀ ਸਾਲ ਹੋ ਗਿਆ ਡੱਡੀ ਪੂਰੀ ਆਡੀਅੰਸ ਨਵੀਂ ਮਗਾਲਾ ਜੀ ਆਡੀਅੰਸ ਨਹੀਂ ਹੈ ਮਾਸਟਰ ਕਪਿਲ ਦਾਸ ਕਲਾਰਾ ਓਕੇ ਓਕੇ ਮਾਸਟਰ ਜੀ ਜ਼ਰੂਰ ਦੇਵਾਂਗੇ ਮੌਕਾ ਕਦੇ ਜੱਸਾ ਨਹੀਂ ਆਇਆ ਵੀਰੇ
ਹਾਂ ਹਾਂ ਹੈਗਾ ਮਾਸਟਰ ਜੀ, ਕੌਰੀਆਂ ਆਪਣਾ ਲਾਇਆ ਹੈਗਾ। ਹੋਰ ਮੈਂ ਕਿਹਾ ਸੀ ਯਾਰ ਆਪਾਂ ਤਾਂ 9 ਵਜੇ ਨਿਬੇੜ ਦਿੰਦੇ ਨਿਬੇੜੇ, ਹੁਣ ਪਹਿਲਾਂ ਲੰਬੜਦਾਰ ਕਹਿੰਦਾ ਆਓ ਗਰਾਊਂਡ ਬੰਦ ਕਰ ਲਓ। ਮਿਲਾਂਗੇ ਮਿਲਾਂਗੇ ਜ਼ਰੂਰ ਮਾਸਟਰ ਜੀ, ਕਿਰਪਾ ਰਹੇ ਪਰਮਾਤਮਾ। ਹੁਣ ਵੀ ਜੇ ਕਿਤੇ ਉਹ ਗਰਾਊਂਡ ਨਾ ਖਿਡਾਉਂਦੇ ਬਾਅਦ 'ਚ ਵੀ ਨਾ, ਫਿਰ ਵੀ ਹੁਣ ਨੂੰ ਸਾਰੇ ਘਰ ਪੈ ਜਾਂਦੇ ਜਾ ਕੇ ਆਪਾਂ। ਰਾਮ ਰਾਮ ਜੀ, ਰਾਏ ਸਿੰਘ ਜੀ ਕਿਆ ਹਾਲ ਹੈ? ਵਧੀਆ ਵਧੀਆ ਜੀ। ਬਰਿੰਦਰ ਕੰਬੋਜ ਜੀ ਕੀ ਹਾਲ ਨੇ ਬਾਈ ਜੀ? ਪਹਿਲਾ ਨਾਮ 91 ਸਵਾ ਵੀਰੇ, ਵਧੀਆ ਚਾਹੀਦਾ ਬਰਿੰਦਰ ਬਾਈ, ਵਧੀਆ ਜੀ। ਪੁਆਇੰਟ ਵੀ ਹੈ ਨੀ, ਮੈਨੂੰ ਲੱਗਦਾ ਗਲਤੀ ਵੀ ਕੋਈ ਨਹੀਂ, ਪੁਆਇੰਟ ਵੀ ਹੈਗੇ ਗਲਤੀਆਂ ਹੈਗੀਆਂ। ਬਾਕੀ ਹਨੀ ਹੋਰਾਂ ਨੂੰ ਨੋਟ ਕਰ, ਨੋਟ ਹੋ ਸਾਰਾ ਕੁਛ। ਹਾਂਜੀ ਹਾਂਜੀ ਨਾਗਵੀਰੇ ਆ ਗਏ ਸੀਗੇ, ਆਪਾਂ ਕੱਲ੍ਹ ਨੂੰ ਟੂਰਨਾਮੈਂਟ ਦੇ ਜੌਂਟੀ ਨੂੰ ਪਹੁੰਚਦੇ ਕਰ ਦਾਂਗੇ ਜੀ, ਲਾਈਵ ਦੇ ਸਾਹਮਣੇ ਜਦੋਂ ਤੁਸੀਂ ਲਾਈਵ ਹੋਏ ਹੋਵੋਗੇ ਆਪਾਂ ਉਦੋਂ ਉਹਨਾਂ ਨਾਲ ਪਹੁੰਚਦੇ ਕਰ ਦਾਂਗੇ। ਸਹੀ ਗੱਲ ਆ ਬੀਤੇ, ਮਾਸਟਰ ਨੂੰ 5100 ਮੇਰਾ ਆ ਗਿਆ ਸੀ ਸੁੱਡ ਲਵੇ। ਹਾਂਜੀ ਵਿਕਰਮ ਬਿਲਾਸਪੁਰ ਜੀ, ਹੋਰ ਲੇਟ ਹੋ ਗਿਆ, ਉਹਨੇ ਕਹਿਦਾ ਹੀ ਕਹਿੰਦਾ ਵੀ 5100 ਕਹਿੰਦਾ ਵੀ ਤੈਨੂੰ 11 ਸੌ ਵਿਸਟਾਂ ਦਾ, ਕਹਿੰਦਾ ਮਾਸਟਰ ਨੂੰ ਪਾ ਦੇ, ਕਹਿੰਦਾ ਮਾਸਟਰ ਤੂੰ ਲੈ ਲਈ। ਹੁਣ ਜੇ ਨਹੀਂ ਬਈ ਇਹਦੀ ਨੀਤ ਦੀ ਖੋਟ ਆ ਗਈ ਹਨਾ, ਆਪਾਂ ਕੀ ਕਰ ਸਕਦੇ ਹਾਂ। ਸਹੀ ਗੱਲ ਆ ਪੀਤੇ, ਜੇ ਪੀਤਾ ਹੁੰਦਾ ਤਾਂ ਹੁਣ ਨੂੰ ਮੈਚ ਦਾ ਇੱਕ ਪਾਸਾ ਹੋ ਜਾਣਾ। ਗੂਗਲ ਪੇ ਕਰਾਂਗੇ, ਗੁਰੀ ਦੇ ਅੱਜ ਉਹ ਕੱਟਾਂਗੇ ਗੁਰੀ ਦੇ ਯਾਰ ਨਾਮ ਚੋਂ ਪੈਸੇ ਕੱਟਾਂਗੇ, ਗਾਲਾਂ ਬਹੁਤ ਕੱਢੀਆਂ। ਪਲਾਂਟੀ ਲਾਵਾਂਗੇ, ਨਾ 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 ਪੀਤੇ ਹੁੰਦੇ ਇਹ ਹੋ ਹੀ ਨਹੀਂ ਸਕਦਾ। ਪੀਤੇ ਨੇ ਤਾਂ ਇੱਕ ਵਾਰੀ ਮੈਚ ਲਾਇਆ ਸੀ ਬਹੁਤ ਤਕੜਾ, ਪੀਤੇ ਨੇ ਸਾਨੂੰ ਮਿੰਟ 'ਚ ਹੀ ਹਰਾਤਾ ਸੀ। ਪੀਤੇ ਜ਼ਿਆਦਾ ਤੇਰੇ ਉੱਥੇ ਖੇੜੀ ਨੂੰ ਖੇਡੇ ਸੀ, ਤੇਰੇ ਨਾਲ ਖੇਡਿਆ ਸੀਗਾ ਅਰਸ, ਖੇਡਿਆ ਸੀ ਜੌਨ, ਖੇਡਿਆ ਸੀ ਜ਼ਿਆਦਾ ਘੁੱਗੀ ਸਾਡੇ ਨਾਲ ਖੇਡਿਆ ਸੀ, ਬਹੁਤ ਤਕੜਾ ਹਿੱਟ ਬਣਿਆ ਸੀ ਡਾਲ ਦਾ ਉਹਦੇ ਉਹਦੇ ਸਾਨੂੰ ਤੁਸੀਂ ਕੁੱਟਿਆ ਸੀ ਹੈ ਨਾ। ਕਿੰਨੇ ਹੋ ਗਏ ਹਣੀ? 11-6 ਜੀ। ਸੁਖਜਿੰਦਰ ਰਸੋਈ
ਤੂੰ ਤਾਂ ਯਾਰ ਕਮੈਂਟਰੀ ਤੋਂ ਬਿਨਾਂ ਇਹ ਕਮੈਂਟ ਪੜ੍ਹਨ ਦਾ ਵੀ ਤਾਂ ਵਧੀਆ ਸਵਾਦ ਆ ਯਾਰ, ਜਦੋਂ ਕਮੈਂਟਰੀ ਹੁੰਦੀ ਹੁੰਦੀ ਉਦੋਂ ਸਾਡਾ ਐਂ ਬੋਲਣ ਨੂੰ ਜੀ ਨਹੀਂ ਕਰਦਾ, ਬਾਹਲਾ ਜ਼ੋਰ ਲਾ ਕੇ ਬੋਲਣਾ ਪੈਂਦਾ, ਐਂ ਆਰਾਮ ਦੇ ਨਾਲ ਬੈਠਾ ਬੰਦਾ ਕਮੈਂਟ ਵੀ ਤੁਹਾਡੇ ਸਾਰੇ ਪੜ੍ਹੇ ਜਾਂਦੇ ਆ, ਸਾਰੇ ਜਵਾਬ ਵੀ ਦਿੱਤੇ ਜਾਂਦੇ ਆ, ਕਮੈਂਟ ਲੰਘਦਾ ਵੀ ਕੋਈ ਨਹੀਂ। ਹਾਂਜੀ ਰਿਤੇਸ਼ ਮੱਖਣ ਕਿਹੜਾ ਵੀਰੇ ਦੱਸਿਓ ਮਾੜਾ ਜਿਹਾ। ਰਾਮਪਾਲ ਜੀ ਸੈਂਟਰ ਜਾ ਗਿਆ ਮੈਚ ਦਾ, ਤਾਂ ਇੱਕ ਪਾਸਾ ਕਰ ਦੂਗੀ ਤਾਂ ਮੈਂ ਦੱਸ ਦੇਣਾ ਤੈਨੂੰ। ਹਾਂ ਹਾਂ ਸੁਖਜਿੰਦਰ ਬਿਲਕੁਲ ਬਾਈ, ਟੀਮਾਂ ਹੈਗੀਆਂ ਜੀ ਵਿਕਰਮ, ਅੱਜ 20 ਟੀਮਾਂ ਸੀਗੀਆਂ ਟੋਟਲ ਆਪਣੇ ਲਈ। ਹਾਂਜੀ ਹਰਿੰਦਰ ਢਿੱਲੋਂ ਜੀ, ਅੱਛਾ ਅੱਛਾ ਮੱਖਣ ਮੌਜਗੜ, ਕੀ ਹਾਲ ਆ ਕੀ ਹਾਲ ਆ ਫਿਰ ਤੇਰੀ, ਐਂ ਨਾ ਨੌ ਤੇਰਾ ਮੱਖਣ ਆ, ਆਈ ਡੀ ਤੇਰੀ ਰਿਤੇਸ਼ ਆ, ਪਿੰਡ ਤੇਰਾ ਮੌਜਗੜ, ਕਿਵੇਂ ਯਾਦ ਕਰੀਏ, ਕੁਛ ਤਾਂ ਮਾੜਾ ਮੋਟਾ ਜਾਂਦਾ ਮੱਖਣ ਮੌਜਗੜੀ ਆ ਭਰਨਾ ਮਾਰ ਕੇ ਜੇ ਬਣਾ ਆਈ ਡੀ ਫੇਸਬੁੱਕ ਦੇ ਦੁਆਰੇ। ਡਰਦਾ ਹੈ ਕਹਾਂ ਨੀ ਉੱਚੀ ਬੋਲਣਾ, ਓਕੇ ਓਕੇ ਮੱਖਣ। ਸਹੀ ਗੱਲ ਆ, ਬਾਲ ਦਾ ਖੜਕਾ ਜਿਹਾ ਸੁਣਦਾ ਹਨਾ, ਉਹ ਤਾਂ ਬਾਲ ਦਾ ਤਾਂ ਪਤਾ ਨਹੀਂ ਲੱਗਾ, ਕਈ ਵਾਰੀ ਆਊਟ ਐਨ ਦਾ ਵੀ ਬਈ ਭੁਲੇਖਾ ਪੈ ਜਾਂਦਾ ਬਹੁਤ। ਚਲੋ ਕਮੈਂਟਰੀ ਵੀ ਹੈ ਨਾ ਜ਼ਰੂਰੀ ਆਪਾਂ ਮੰਨਦੇ ਹਾਂ, ਪਰ ਐਂ ਅੱਜ ਪਤਾ ਨਹੀਂ ਤਾਂ ਹੈ ਹੀ ਨਹੀਂ ਕਮੈਂਟਰੇਟਰ, ਤਾਂ ਸਰ ਰਿਹਾ ਮਾਹੌਲ ਸ਼ਾਂਤ ਜਿਹਾ ਬਣਿਆ ਪਿਆ। ਹਾਂਜੀ ਹਾਂਜੀ ਖੇਡੂਗਾ ਜੱਸਾ, ਖੇਡੂਗਾ ਬਈ ਕੱਲ੍ਹ ਨੂੰ ਆਪਣਾ ਜੋਧਪੁਰੀਆ 'ਚ, ਆਪਾਂ ਦੇਖਦੇ ਹਾਂ ਜਦੋਂ ਮੈਂ ਹੁਣ ਘਰ ਨੂੰ ਜਾਊਂ ਫ੍ਰੀ ਹਾਂ ਉਦੋਂ ਦਿੰਦੇ ਹਾਂ ਅਪਡੇਟ ਤੁਹਾਨੂੰ ਸੈੱਟਾਂ ਦੀ। ਟੀਮ ਬਈ ਧੌਲ ਮਾਜਰਾ ਤੇ ਖੇੜੀ ਦਾ ਮੈਚ ਆ, ਜੱਸਾ ਤਾਂ ਅੱਗੀ ਹੈ ਤਾਂ ਗੱਲ ਹੈਗੀ ਆ ਵੀ ਤੇ। ਵਾਹ ਓਏ ਮੁੰਡਿਆ ਤੇਰੇ ਯਾਰ, ਰਾਮਪਾਲ ਦੀ ਜੱਜਮੈਂਟ ਨਹੀਂ ਗਲਤ ਹੋ ਸਕਦੀ ਗੁਰੀ, 20 ਸਾਲਾਂ ਤੋਂ ਯਾਰ ਬਾਰਾਂ ਪਲ ਕਹਿ ਗਏ ਹੈ ਆਊਟ ਐਂਡ ਦਾ ਕਹਿ ਭੁਲੇਖਾ ਪੈ ਜੂ।
ਮੱਖਣ ਕੋਈ ਨਾ ਕੋਈ ਨਾ ਮੱਖਣ ਇੱਕ ਤਾਂ ਵੀਰੇ ਪਤਾ ਕੀ ਆ, ਖੇਡਣ ਨੂੰ ਨਹੀਂ ਟੀਮਾਂ ਦਾ ਕੋਈ ਚੱਕਰ ਨਹੀਂ, ਗੇਮ ਤੇਰੀ ਬਹੁਤ ਸੋਹਣੀ ਆ ਹੈ ਨਾ, ਟੀਮਾਂ ਵਾਧੂ ਖੜਾ ਦੀਏ ਤੈਨੂੰ, ਤੇਰਾ ਏਰੀਆ ਬੜਾ ਦੂਰ ਪੈਂਦਾ ਵੀਰੇ ਯਾਰ, ਏਰੀਆ ਇੰਨੀ ਦੂਰ ਤੋਂ ਹੈ ਨਾ ਤੈਨੂੰ ਆਉਣਾ ਅਤੇ ਖਰਚਾ ਵੀ ਨਾ ਟੀਮ ਦੇਵੇ ਹੈ ਨਾ, ਫਿਰ ਸਾਡਾ ਜੀ ਨਹੀਂ ਕਰਦਾ ਹੈਗਾ ਕਹਿਣ ਨੂੰ। ਵਾਹ ਓਏ ਤੇਰੇ ਯਾਰ ਮੁੰਡੇ ਨੇ ਬਹੁਤ ਸੋਹਣੀਆਂ ਵਾਲਾਂ ਮਾਰੀਆਂ ਨੇ, ਕੈਂਟ ਦਾ ਕੰਮ ਵੀ ਜੇ ਸੀ ਜਿਹੜਾ ਤਾਂ ਵਧੀਆ ਕੰਮ ਆ, ਇਕੱਠਾ ਹੀ ਕੰਮ ਕਰ ਲਿਆ ਕਰਾਂਗੇ ਨਾਲ, ਵਧੀਆ ਕੰਮ ਆ, ਡੀਜੇ ਡੂਜੇ ਦੇ ਵੀ ਕੰਮ ਨਾਲ ਹੀ ਆ, ਨਾਲ ਹੀ ਆ ਇਕੱਠੇ ਕੰਮ, ਬਲੱਟਰ ਜੋੜੀ ਆਏ ਵਾਲੇ ਵੀ ਹੁਣ ਆ ਵੀ ਹੋ ਗਏ ਸਾਰੇ ਹੋ ਗਏ, ਆਹ ਰਹਿੰਦਾ ਵੀ ਇਹ ਵੀ ਨਾਲ ਹੀ ਆਇਆ ਕਰੂ। ਇਹ ਵੀ ਸਹੀ ਗੱਲ ਆ, ਟੈਂਟ ਤੇ ਸਾਊਂਡ ਬਾਈ ਸਾਊਂਡ ਹੈ ਨਾ, ਇੱਕ ਦੇਖਿਆ ਸੀ ਬਿਲਾਸਪੁਰ, ਉਹ ਜਿਵੇਂ ਆਮ ਆ ਇੱਥੇ ਨਾ ਕਈ ਵਾਰੀ ਕਮੈਂਟਰੇਟਰ ਉਰੇ ਉੱਧਰਲੇ ਪਾਸੇ ਵਗ ਕੇ ਗਰਾਊਂਡ ਦੇ ਰੇਂਜ ਨਹੀਂ ਆਉਂਦੀ ਮੈਚ ਦੀ, ਉਹ ਬਾਈ ਜਿਵੇਂ ਤੁਹਾਡੇ ਉਹ ਵਗ ਜੇ ਪਰੇ ਉਹ ਸੜਕ 'ਤੇ ਵਗ ਜੇ ਹੈ ਨਾ, ਐਡੀ ਦੂਰੋਂ ਖੜਾ ਬੋਲੀ ਗਿਆ ਕਮੈਂਟਰੀ ਵਾਲਾ, ਇੰਨੀ ਰੇਂਜ ਸੀ ਉਹਦੀ। ਰਿੱਕੀ ਸਕੋਰ ਲੀਡ ਆ ਗਈ ਉਹਦੀ ਗੁਰੀ ਦੀ, ਹਣੀ ਕਿੰਨੇ ਨੇ ਹਣੀ, ਤੇਰਾਂ ਸੱਤ ਨੇ ਗੇ, ਤੇਰਾਂ ਗੁਰੀ ਦੇ ਨੇ, ਸੱਤ ਖੇੜੀ ਦੇ ਨੇ, 14-7 ਹੋ ਗਏ ਜੀ। ਫਸਟ ਪ੍ਰਾਈਜ 9100 ਵੀਰੇ। ਹਾਂਜੀ ਹਾਂਜੀ ਸੁਖਜਿੰਦਰ ਸੋਹੀ ਤੌਲ ਮਾਜਰੇ ਜੀ ਖੇਡੂ ਸੱਤਾਂ। ਵਧੀਆ ਵਧੀਆ ਜੀ। ਜਸਜੀਤ ਸਿੰਘ ਖੈਰਾ ਜੀ ਕੀ ਹਾਲ ਨੇ, ਲਾਸਟ ਆ ਗਿਆ ਵੀਰੇ, ਲਾਸਟ ਚੇਂਜ ਆ, ਹਾਂ ਹਾਂ ਵਿਕਰਮ ਉਹੀ ਗੱਲਾਂ ਕਰਦਾ ਬਾਈ ਮੈਂ, ਵਾਹਲਾ ਯਾਰ ਨਜਾਇਜ਼ ਇੱਦਾਂ ਦਾ ਤਾਂ ਅਸੀਂ ਸਾਊਂਡ ਦੇਖਿਆ ਹੀ ਨਹੀਂ ਕਿਤੇ ਯਾਰ, ਵੀ ਇੰਨੀ ਦੂਰ ਤੱਕ ਰੇਂਜ ਆਵੇ, ਪਤਾ ਨਹੀਂ ਕੀ ਫਿੱਟ ਕਰਿਆ ਵਾ ਸੀ ਉਹਦਾ। ਰਾਮ ਰਾਮ ਬਾਈ, ਰਾਮ ਰਾਮ ਬਾਈ ਹਰਸ਼, ਸਕੋਰ ਮੇਰੇ ਖਿਆਲ ਦੇ ਵਿੱਚ ਵੀਰੇ 7-15 ਨੇ, ਨਹੀਂ ਨਹੀਂ ਅੱਜ ਨਹੀਂ ਆਈ ਜਸਜੀਤ ਵੀਰੇ ਗੱਡੀ, ਓਕੇ ਓਕੇ ਮੱਖਣ ਵੀਰੇ ਓਕੇ, ਗੇਮ 17 ਦੀ ਹੈ ਵੀਰੇ। ਰਾਮ ਰਾਮ ਬਾਈ ਜੀ, ਰਾਮ ਰਾਮ ਬਾਈ, ਸੁੱਖਾ ਮਰਦਾ ਹਿੜੀ ਸੁਪਰ ਸਟਾਰ ਨੈਟਮੈਨ ਅੱਜ ਦੀ ਤਰੀਕ ਦਾ, ਕਿਵੇਂ ਸੁੱਖਿਆ ਬਾਈ ਜੀ, ਕੱਲ ਕਹਿ ਰਿਹਾ ਬਾਈ, ਕੱਲ ਅਸੀਂ ਤਾਂ ਬਹੁਤ ਉਲਝ ਗਏ ਤੇ ਬਾਈ, ਅਸੀਂ ਤਾਂ ਬਹੁਤ ਔਖੇ ਆ ਯਾਰ ਰਾਤ। ਹਾਂਜੀ ਹਾਂਜੀ ਨੈੱਟ ਬੰਦ ਹੋ ਗਏ, ਨੈੱਟ ਬੰਦ ਕਰਤੇ ਜਿਹੜੀ ਗੱਲ ਆ ਯਾਰ, ਉਹਦੇ ਕਰਕੇ ਥੋੜ੍ਹਾ ਜਿਹਾ ਲੇਟ ਹੋ ਗਿਆ ਕੰਮ, ਜੇ ਨੈੱਟ ਚੱਲੀ ਜਾਂਦੇ ਰੈਗੂਲਰ ਨਾ ਫਿਰ ਤਾਂ 9 ਵਜੇ ਨੂੰ ਮੇਰੇ ਹਿਸਾਬ ਨਾਲ ਟੂਰਨਾਮੈਂਟ ਦੀ ਸਮਾਪਤੀ ਹੋ ਜਾਣੀ ਸੀ ਅੱਜ। ਸੁਖੇ ਸਾਹਿਬ ਇੱਕ ਫਿਰਨੀ ਜੀ ਪੱਟੀ ਵੀ ਦੀ ਗੱਡੀ ਖੋਊਗੀ ਬਾਈ, ਉੱਥੇ ਬਹੁਤ ਔਖੇ ਆ ਜੀ ਤਾਂ। ਨਹੀਂ ਹੈ ਨਹੀਂ ਗਾ ਵੀਰੇ, 13 ਤਰੀਕ ਨੂੰ ਟੂਰਨਾਮੈਂਟ ਰੱਖਿਆ ਵਾ ਸੀ ਪਹਿਲਾਂ,
ਉਹ ਪੋਸਟਪੋਨ ਕਰਤਾ 13 ਨੂੰ ਅਤੇ 20 ਨੂੰ ਕੋਈ ਟੂਰਨਾਮੈਂਟ ਨਹੀਂ ਹੈਗਾ ਵੀਰੇ। ਵਧੀਆ ਵਧੀਆ ਸੁੱਖੇ ਸੈੱਟ ਆ ਵੀਰੇ। ਬਿਕਰਮ ਕੰਬੋਜ ਕਿੱਥੇ ਕਿਹੜਾ ਪਿੰਡ ਆ ਬਿਕਰਮ ਵੀਰੇ ਆਪਣਾ? ਸੋਲਾਂ ਹੋ ਗਈ ਆ ਚੇਂਜ ਆ। ਤੇਰਾਂ ਨੂੰ ਕਿੱਥੇ ਹੈਗਾ? ਉਹ ਤਾਂ ਕੈਂਸਲ ਹੋ ਗਿਆ ਸੀਗਾ 13 ਨੂੰ, ਜਿਹੜਾ ਆਪਣੇ ਏਰੀਏ 'ਚ 51,000 ਵਾਲਾ ਰੱਖਿਆ ਸੀ ਕੁਤਵੇ ਸਿਰਸਾ ਹਰਿਆਣਾ। ਬਿਕਰਮ ਕੋਈ ਗੱਲ ਨਹੀਂ ਵੀਰੇ, ਰੱਖ ਲਓ ਟੂਰਨਾਮੈਂਟ ਨਹੀਂ ਹੈਗਾ ਆਪਣੇ, ਹੈਗਾ ਸੀ 13 ਤਰੀਕ ਦਾ ਟੂਰਨਾਮੈਂਟ ਪਰ ਉਹ ਪੋਸਟਪੋਨ ਕਰਤਾ ਅੱਗੇ, ਹੁਣ ਉਹ ਵਾਢੀ ਤੋਂ ਬਾਅਦ ਕਰਵਾਵਾਂਗੇ ਕਟਾਈ ਤੋਂ ਫਸਲ ਦੀ ਤੋਂ। ਕੱਲ ਨੂੰ ਹੈਗਾ ਜੀ 7 ਤੱਕ ਤਾਂ ਹੁਣ ਲਗਾਤਾਰ ਹੀ ਨੇ ਵੀਰੇ ਟੂਰਨਾਮੈਂਟ। ਹਾਂ ਕੁਤਵੇ ਤਾਂ ਬਾਈ ਪੋਸਟਪੋਨ ਹੋ ਗਿਆ ਸੀ ਟੂਰਨਾਮੈਂਟ ਦਾ। ਬਾਲਾ ਬਾਲਾ ਮਨਜੋਤ ਵੀਰੇ ਕੀ ਹਾਲ ਨੇ? ਟਾਈਮ ਦਾ ਤਾਂ ਅੱਜ ਸਵੇਰੇ ਆਈ ਸੀ 7 ਵਜੇ ਦੇ ਘਰੇ, 7 ਵਜੇ ਘਰੇ ਆ ਕੇ 24 ਤੋਂ ਚੱਲਿਆ ਵਾ ਕੰਮ, 24 ਤੋਂ ਸਵੇਰੇ ਕਦੇ 1-2 ਕੀਤਾ, ਸੁਬਾਹ 9 ਵਜੇ ਵੀ ਆਇਆ ਘਰੇ, ਨਹੀਂ 5-6 ਤਾਂ ਵੱਜਦੇ ਆ ਰੋਜ਼ ਹੀ ਆ ਕੇ, ਦੂਜੇ ਦਿਨ ਦੁਪਹਿਰ ਨੂੰ 2-3 ਵੱਜਦੇ ਨੂੰ ਦੂਜੇ ਪਾਸੇ ਦੀ ਤਿਆਰੀ ਹੁੰਦੀ ਆ ਵੀ। ਇੱਕ ਦਿਨ ਹੀ ਕਰਾਉਣਗੇ ਸੁਖਜਿੰਦਰ ਮੇਰੇ ਹਿਸਾਬ ਨਾਲ, ਬਿਲਕੁਲ ਬਿਲਕੁਲ ਪੀਤੇ ਸਹੀ ਗੱਲ ਆ, ਐਂ ਤਾਂ ਨਜ਼ਾਰਾ ਆਉਂਦਾ ਯਾਰ ਗੱਲਾਂ ਕਰਨਾ। ਫਾਈਨਲ ਆ ਰਵੀ? ਹਾਂਜੀ ਹਾਂਜੀ ਵੀਰੇ ਫਾਈਨਲ ਆ, ਐਂ ਤਾਂ ਨਜ਼ਾਰਾ ਆਉਂਦਾ ਯਾਰ ਗੱਲਾਂ ਕਰਨਾ ਅੱਜ, ਨਹੀਂ ਤਾਂ ਸਾਨੂੰ ਵੀ ਜਿਵੇਂ ਹੁਣ ਫਾਈਨਲ ਜਿਹਦੇ ਵਿੱਚ ਦਾ ਸਾਨੂੰ ਵੀ ਜਿਵੇਂ ਹੁਣ ਆਡੀਅੰਸ ਵੀ ਹੈ ਨਹੀਂ, ਹੈ ਨਾ, ਨੀਂਦ ਹੀ ਆਉਣ ਲੱਗ ਜਾਂਦੀ ਆ ਅੱਜ ਤੁਹਾਡੇ ਨਾਲ ਆਪਾਂ ਗੱਲ ਨਹੀਂ ਲਾ ਕੇ, ਕਮੈਂਟ ਸਾਰੇ ਭਰਾਵਾਂ ਦੇ ਪੜ੍ਹੇ ਜਾ ਰਹੇ ਨੇ, ਹੈ ਨਾ। ਸੰਜੀਵ ਗੋਇਲ ਲਾਲ ਜਾਣੀ ਕੀ ਹਾਲ ਨੇ ਸੇਠ ਜੀ? ਉਹ ਬਾ ਓਏ ਪ੍ਰੀਤ ਸਹੀ ਗੱਲ ਆ ਬਿਕਰਮ ਯਾਰ, ਤੁਹਾਡਾ ਬਹੁਤ ਵਧੀਆ, ਤੁਹਾਡੇ ਉਹੀ ਇੱਕ ਆ ਸਾਰੇ ਆ ਟੂਰਨਾਮੈਂਟ ਦੇ ਵਿੱਚੋਂ ਤੁਹਾਡੇ ਪਿੰਡ ਨਿਬੜ ਗਿਆ ਸੀ 12 ਵਜੇ ਤੋਂ ਪਹਿਲਾਂ ਟੂਰਨਾਮੈਂਟ ਆਪਣਾ, 12-1 ਵਜੇ ਦੇ ਲਗਭਗ ਮੇਰੇ ਹਿਸਾਬ ਨਾਲ ਆਪਾਂ ਕਰਵਾਤਾ ਸੀ, ਨਹੀਂ ਤਾਂ ਸਾਰੇ ਕਿਤੇ 5-6 ਵਜੇ ਨੇ। ਸੁਖਜਿੰਦਰ ਵੀਰੇ ਮੇਰੇ ਹਿਸਾਬ ਨਾਲ ਇੱਕ ਦਿਨ ਹੀ ਕਰਾਉਣਗੇ ਉਹ, ਮੀਡੀਅਮ ਵੀ ਕੱਚੀ ਵੀ, ਬਾਕੀ ਅਜੇ ਚੱਲੀ ਜਾਂਦਾ ਵਧੀਆ ਵਧੀਆ ਚਾਹੀਦਾ ਸੰਜੀਵ, ਬਾਕੀ ਅਜੇ ਚੱਲੀ ਜਾਂਦੀ ਹੈਗੀ ਡਿਸਕਸ, ਕੋਈ ਪਤਾ ਨਹੀਂ ਹੈ ਨਾ ਕੀ ਸਿਸਟਮ ਬਣਨਾ, ਪਰ ਅਪਡੇਟ ਹੈ ਜੀ। ਕਿੰਨੇ ਹੋ ਗਏ ਲਾਲੀ? 8-16 ਹੋਵੋ ਹੋਵੋ ਕਾਲਡੇ ਹੋਵੋ, ਪੀਤਾ ਕਹਿੰਦਾ ਕਾਲੀ ਕਰੀ ਜਾਂਦੇ ਨੇ ਕਿ ਮੈਨੂੰ ਮੈਂ ਹੁੰਦਾ। ਪ੍ਰਾਈਜ਼ ਅੱਜ 91 ਸਵਾਦਦਾਰ ਸਿੰਘ ਵੀਰੇ,
ਛੱਤਾਂ ਧੌਲ ਮਾਰੀ ਚ ਖੇਡੂਗਾ। ਹਾਂਜੀ ਉਹੀ ਫਰਕ ਪੈਂਦਾ ਨਾ ਮੈਚ ਤਾਂ ਦੇਖ ਆਪਣੇ ਵੀ ਮੇਰੇ ਖਿਆਲ ਹਿਸਾਬ ਨਾਲ ਚਾਰ ਪੰਜ ਅੱਜ ਤਾਂ ਮੈਚ ਚੱਲ ਪਈ ਤੀ 4 ਵਜੇ ਆਪਣੇ ਮੈਨੂੰ ਲੱਗਦਾ 5-5 ਵਜੇ ਚੱਲੇ ਤੀ ਪਰ ਚੱਕਰ ਮੇਨ ਕੀ ਸੀ ਗਰਾਊਂਡ ਨਹੀਂ ਰੁਕਣੀ ਗਰਾਊਂਡ ਨਾ ਰੁਕਣ ਕਰਕੇ ਮਾਸਟਰ ਜੀ ਚਲੇ ਗਏ ਰਵੀ ਵੀਰੇ ਉੱਧਰ ਖੜੇ ਨੇ ਉਹ ਇੱਥੇ ਨੇਗੇ ਮੇਰੇ ਕੋਲ ਨਹੀਂ ਹੈਗੇ ਪ੍ਰਾਈਸ 9100 ਵੀਰੇ ਗਰਾਊਂਡ ਨਾਲ ਮੇਨ ਆ ਜੇ ਗਰਾਊਂਡ ਚੱਲੀ ਜਾਣ ਨਾ ਚਾਹੇ ਚਾਰ ਗਰਾਊਂਡ ਆ ਚਾਰ ਗਰਾਊਂਡ ਤਾਂ ਬਹੁਤ ਮੈਚ ਖਿੱਚ ਦਿੰਦੇ ਨੇ ਲਾਸਟ ਆ ਗਿਆ ਜੀ ਉਹਨਾਂ ਕੋਲ ਹੀ ਨੇ ਜੀ ਹੁਣ ਦੇਵਾਂਗੇ ਆਪਾਂ ਪਲੇਅਰਾਂ ਨੂੰ ਦੇਵਾਂਗੇ ਇਦੂ ਬਾਅਦ ਜਿਹੜੇ ਵੀ ਪਲੇਅਰ ਬੈਸਟ ਨਿਕਲਦੇ ਆ ਰਵੀ ਵੀਰੇ ਮਾਸਟਰ ਰਵੀ ਯਾਦ ਕਰਦਾ ਬਾਈ ਤੈਨੂੰ ਉਹ ਕਹਿੰਦਾ 5100 ਦੀ ਜਗ੍ਹਾ ਤੇ ਕਹਿੰਦਾ ਮੈਂ ਤੇਰਾ 8100 ਪਾਤਾ ਸੀ ਮਾਸਟਰ ਨੂੰ ਮਹਾਂ ਰਵੀ ਕਾਲ ਕਰ ਲੈ ਵੀਰੇ ਮਾਸਟਰ ਨੂੰ ਸਕੋਰ 16-11 ਨੇ ਮੇਰੇ ਖਿਆਲ 'ਚ ਵੀਰੇ ਸੋਰੀ 15-11 ਹਾਂਜੀ ਉਹੀ ਗੱਲ ਆ ਨਾ ਦੇਖ ਸੰਜੀਵ ਜਿਵੇਂ ਹੁਣ ਦੇਖ ਰਹੇ ਆਪਾਂ ਵੀ 30 ਟੀਮਾਂ ਹੁੰਦੀਆਂ ਨੇ ਲਗਭਗ ਚਲੋ ਹੈ ਨਾ ਅਗਲਾ ਕੋ ਆਪਣੇ ਟੂਰਨਾਮੈਂਟ ਦੀ ਵਿਦਾਈ ਕਰਦਾ ਆਪਣੇ 97 ਟੀਮਾਂ ਸੀ ਆਪਾਂ ਫਿਰ ਵੀ 2 ਵਜੇ ਨੂੰ ਫਾਈਨਲ ਕਰਵਾਤਾ ਸੀਗਾ ਵੀਰੇ ਟੀਮਾਂ ਵੀ 97 ਸੀਗੀਆਂ ਗਰਾਊਂਡ ਨਹੀਂ ਰੁਕਦੇ ਤਾਂ ਮੈਚ ਤਾਂ ਬਹੁਤ ਜਲਦੀ ਨਿਬੜ ਜਾਂਦੇ ਆ ਜੇਕਰ ਗਰਾਊਂਡ ਰੁਕ ਜਾਣ ਫਿਰ ਐਂ ਲਾ ਲਾ ਵੀ ਇੱਕ ਗਰਾਊਂਡ ਰੁਕ ਗਿਆ ਉਹਨੇ 2-3 ਘੰਟੇ ਪਿੱਛੇ ਵਗ ਜਾਂਦਾ ਜੇਕਰ ਅੱਜ ਵੀ ਹੁਣ ਅਸੀਂ ਸੈਮੀ ਫਾਈਨਲ ਦੇ ਅਲੱਗ ਅਲੱਗ ਕਰਾਉਂਦੇ ਹੁਣ ਨੂੰ ਸਾਰੀਆਂ ਟੀਮਾਂ ਘਰੇ ਪੈ ਜਾਂਦੀਆਂ ਜਾ ਕੇ ਪ੍ਰਾਈਸ 9100 ਅਭਰਿੰਦਰ ਸੰਧੂ ਵੀਰੇ ਇੱਕ ਦਿਨ ਤਾਂ ਬਾਈ ਸਰ ਜਾਂਦਾ ਤੁਸੀਂ ਪਹਿਲਾਂ ਖੇਡੇ ਉਦੋਂ ਦੇਖੋ ਕਿਵੇਂ ਹੁੰਦਾ ਸੀ ਪਰ ਉਦੋਂ ਹਾਂ ਉਦੋਂ ਇੰਨਾ ਉਹ ਨਹੀਂ ਸੀ ਟਾਈਮ ਨਹੀਂ ਸੀ ਉਦੋਂ ਬਾਈ ਇੰਨਾ ਹਨੇਰਾ ਹੁੰਦਾ ਵੀ ਨਹੀਂ ਸੀਗਾ ਉਦੋਂ ਕਿੰਨੇ ਕਿਸੇ ਫਿਰ ਵੀ ਇੰਨਾ ਨਹੀਂ ਸੀਗਾ ਹੁਣ ਤਾਂ ਬਾਲਾ ਹੁਣ ਤਾਂ ਦੂਜਾ ਦਿਨ ਚੜ੍ਹਦਾ ਹਾਂ ਅੱਗੇ ਕੋਈ ਟੂਰਨਾਮੈਂਟ ਹੁੰਦਾ ਸੀ ਤਕੜੇ ਛੇਟੀ ਨੇ ਵੀਰੇ ਸਾਰੇ ਬੈਸਟ ਟੂਰਨਾਮੈਂਟ ਹੁਣ ਤੱਕ ਦੇ ਹਾਂਜੀ ਧੰਨਵਾਦ ਵੀਰੇ ਸੁਖਜਿੰਦਰ ਸੋਹੀ ਕੱਲ ਨੂੰ ਟੂਰਨਾਮੈਂਟ ਧਰਮਗੜ੍ਹ ਆ ਜੀ ਸਨਾਮ ਦੇ ਕੋਲ ਚੱਲ
ਆਊਗੀ ਜੀ, ਆਊਗੀ ਯੂਪੀ ਕੱਲ ਆਊਗੀ ਵੀਰੇ। ਰਵੀ ਕਰੀ ਵੀਰੇ ਫੋਨ ਮਾਸਟਰ ਜੀ ਨੂੰ, ਜੱਸਾ ਨਹੀਂ ਆਇਆ ਵੀਰੇ, ਜੱਸਾ ਨਹੀਂ ਆਇਆ। ਮਨਜੋਤ ਹੋਰ ਠੀਕ ਹੋ ਬਾਈ? ਸੰਦੀਪ ਭੈਣੀ, ਸੰਦੀਪ ਕੀ ਹਾਲ ਨੇ ਬਾਈ? ਕੱਲ ਨੂੰ ਐਂਟਰੀ ਹੋਣੀ ਆ ਬਾਈ 4 ਵਜੇ ਤੱਕ ਦਿੱਤਾ ਵਾ ਟਾਈਮ ਕਮੇਟੀ ਦਾ। ਵਾਹ ਪ੍ਰੀਤ, ਹਾਂ ਹਾਂ ਵਿਕਰਮ ਆ ਗਈ ਦੀ ਆਪਣੇ ਵੀਰੇ 3:30 ਦੀ ਨੂੰ ਟੀਮਾਂ ਸਾਰੀਆਂ ਲਗਭਗ ਹਨਾ, ਆਪਾਂ 4 ਵਜੇ ਮੇਰੇ ਹਿਸਾਬ ਨਾਲ ਟਾਈਆਂ ਟੂਈਆਂ ਦੀ ਕਰਨ ਲੱਗ ਗਏ ਸੀਗੇ ਤਿਆਰੀ। ਮੇਨ ਗੱਲ ਇਹ ਆ ਯਾਰ, ਜਦੋਂ ਵੀ ਚੱਲ ਪਿਆ ਮੇਨ ਗੱਲ ਟੂਰਨਾਮੈਂਟ 12 ਵਜੇ ਦੀ ਨੂੰ ਸਮਾਪਤ ਹੋ ਗਿਆ ਨਾ ਜਿਹੜਾ, ਉਹਦਾ ਕੋਈ ਚੱਕਰ ਨਹੀਂ ਹੈਗਾ ਕਿਸੇ ਨੂੰ। ਨੰਦਗੜ੍ਹ ਨਹੀਂ ਆਈ ਦਲਵੀਰ ਸਿੱਖੋ ਵੀਰੇ, ਬੈਸਟਾਂ ਨੂੰ 11-11 ਪਹਿਲਾਂ ਤਾਂ ਨਹੀਂ ਰੱਖਿਆ ਸੀ ਪੀਤੇ ਕੁਛ, ਬਾਹਰਲੇ ਭਰਾਵਾਂ ਨੇ ਕਰਾਇਆ ਸੀ 900-1100 ਰੁਪਇਆ ਤਿੰਨਾਂ ਨੂੰ। ਹੈਲੋ, ਹਾਂ ਠੀਕ, ਹੋਰ ਤਾਂ ਕਿਹੜੀ ਆ ਗਈ ਕੋਈ ਨਾ, ਚੱਲ ਦੇਖ ਲਾਂਗੇ ਦੇਖ ਲਾਂਗੇ। ਆ ਤੂੰ ਦੇਖ ਲਾ ਤੇਰੇ ਕੰਡੇ ਵੀ ਦੇ ਮੈਂ ਚੁੱਕਦਾ ਨੰਬਰ। ਅੜੇ ਖੜੇ ਨੇ 15 ਤਾਂ ਉਹਨਾਂ ਦੇ ਵਧੀਆ ਟਾਈਮ ਨਹੀਂ ਹੋ ਗਏ ਜੀ, ਹੁਣ 15ਵਾਂ ਅੜਿਆ ਖੜਿਆ ਉਹਨਾਂ ਦਾ, ਇਹਨਾਂ ਦੇ ਮਿਲਦਾ 11, ਪਹਿਲਾਂ 3-4 ਸੀਗੇ ਹੁਣ ਬਰਾਬਰ ਚੜ ਗਏ ਹੈਂ ਗੇੜੀ ਵਾਲੇ, ਹੁਣ ਮਿਲਦਾ 11-12 ਪੁਆਇੰਟ, ਉਹਨਾਂ ਦੇ 15 ਨੇ 17 ਦਾ ਪਾੜਾ। ਹੁਣ ਵਿਆਹ ਦੀਆਂ ਤਿਆਰੀਆਂ 'ਚ ਹੋਊਗਾ ਕਰਨ, ਪਤਾ ਨਹੀਂ ਕਿਆ ਤਰੀਕ ਦਾ ਯਾਰ। ਠੀਕ ਆ, ਅੜਿਆ ਪਿਆ ਅੜਿਆ ਸਕੂਲ 11-15-16 ਲਾਸਟ ਆ ਗਿਆ ਸੀ ਉੱਧਰ। ਹੋਰ ਫਿਰ ਅਸੀਂ ਕੀ ਪੁੱਛਿਆ, 11 ਲਾਸਟ ਹੀ ਅਸੀਂ ਕਿਹਾ ਇਹ ਹੈਣੀ ਆ ਬਲੀਵ ਹੋਇਆ ਬਣ ਵਾਲਾ। ਆਵਾਂਗੇ ਮੜੀ, ਗਰਮੀ ਹੋਰ ਰਹਿੰਦੀ ਉਹਦੇ ਵੀਡੀਓ ਪਾਵਾਂਗੇ।
ਆਫਰ ਆਫਰ ਰੱਖਾਂਗੇ ਆਪਾਂ ਹਾਂਜੀ ਹਾਂਜੀ ਫਾਈਨਲ ਹੈ ਵੀਰੇ ਅੜਿਆ ਖੜਾ ਲਾਸਟ ਉਹਨਾਂ ਦਾ ਜੋਂਕੀ ਹਰ ਗਿਆ ਵੀਰੇ ਆਇਆ ਸੀ ਮੁੜਦੀਆਂ ਇਕੱਲੇ ਹੱਥ ਨਾਲ ਨਹੀਂ ਖੇੜੀ ਵਾਲਿਆਂ ਦਾ ਲੱਕ ਸਾਥ ਦੇ ਰਿਹਾ ਹੈਨਾ ਇਕੱਲੇ ਹੱਥ ਨਾਲ ਵਾਲ ਲੱਗੀ ਵੀ ਮੁੜਦੀ ਆ ਪੁਆਇੰਟ ਲਾਸਟ ਆ ਉੱਧਰ ਵੀਰੇ ਇਧਰਲੇ ਪਾਸੇ ਮੈਨੂੰ ਲੱਗਦਾ 11 ਜਾਂ 12 ਨੇ ਗਿਆਰਾਂ ਹੋ ਗਏ ਬਾਰਾਂ ਗਿਆਰਾਂ ਸੋਲਾਂ ਵਧੀਆ ਵਧੀਆ ਜੀ ਸ਼ਾਦੀ ਕਪੋਸਵਾਲ ਜੀ ਕਿਆ ਹਾਲ ਹੈ ਬਾਈ ਠੀਕ ਹੈ ਸੁਰਿੰਦਰ ਉੱਧਰ ਤਾਂ ਆਪਾਂ ਜਾ ਨਹੀਂ ਸਕਦੇ ਆਪਾਂ ਤਾਂ ਇੱਧਰੋਂ ਹੀ ਆ ਇੱਧਰਲੇ ਪਾਸੇ ਹੱਥ ਲਾ ਸਕਦੇ ਹਾਂ ਜੀ ਵੱਧ ਤੋਂ ਵੱਧ ਟੁੱਟ ਗਿਆ ਟੱਟ ਗਿਆ ਪੈਂਟ ਇਹਨਾਂ ਦਾ 12 ਹੋ ਗਏ ਗੱਡੀ ਨੇੜੇ ਲੱਗਦੀ ਜਾਂਦੀ ਹੈ ਖੇੜੀ ਵਾਲੇ ਵਾਪਸੀ ਕਰੀਏ ਤਕੜੀ ਆਇਆ ਵੀ ਆਇਆ ਮਗਰ ਨਾ ਆਇਆ ਆਇਆ ਵੇ ਫੋਟਾ ਓਏ ਚੋਣੀ ਕੋਈ ਸੇਲ ਹੈ
16 12 ਲੈ ਰਾਮਪਾਲ ਟੂਣਾ ਕਰਕੇ ਦੇਖੀਏ ਮੁੰਡੇ ਕਮੈਂਟ ਕਰੀ ਜਾਂਦੇ ਕਹਿੰਦੇ ਹੱਥ ਲਾ ਕੇ ਦੇਖ ਲਾ ਫਰਕਾ ਉਹ ਫਰਕਾ ਸੁਖਜਿੰਦਰ ਸਹੀ ਗੱਲ ਆ ਬਾਈ ਹੁਣੇ ਨੀ ਪਤਾ ਮੈਂ ਗੇਮ ਕਰਾ ਕੇ ਹਟਾ ਇਹਨਾਂ ਦਾ ਬੜਾ ਹੀ ਫਰਕ ਹੈ ਤਾਂ ਤੁਹਾਨੂੰ ਦੱਸਿਆ ਦੀ ਮੈਂ ਹੁਣੇ ਨੀ ਪਤਾ ਬਰਾਬਰ ਕਰਾ ਕੇ ਦੋ ਦੋ ਕਰਾ ਦੇ ਇਹਨਾਂ ਦੇ ਹਾਂ ਹਾਂ ਬਾਈ ਵਧੀਆ ਸੋਹਣੀ ਬਾਲ ਮਾਰਦਾ ਹੁੰਦਾ ਉਧਰ ਕੁੱਤੇ ਨੂੰ ਵੜਦਾ ਸੀ ਗਾ ਇੱਧਰ ਪਤਾ ਨਹੀਂ ਕਿਉਂ ਭੱਜਿਆ ਮੈਨੂੰ ਕੀ ਪਤਾ ਤੂੰ ਭੱਜ ਗਿਆ ਮੈਂ ਹਾਂਜੀ ਜੋਤ ਵਾਲੀਆਂ ਜੀ ਇਹ ਹੈਗਾ ਮੈਂ ਧੌਲ ਮਾਰ ਕੇ ਖੇੜੀ ਦਾ ਪੰਦਰਾਂ ਸੋਲਾਂ ਲਾਲੀ ਧੂਤਰਾ ਸਹੀ ਗੱਲ ਹੈ 15-16 ਬਰਾਬਰੀ ਦੇ ਲਿਆਤਾ ਮੈਂ ਆਪਾਂ ਕਿਹੜਾ ਹੁਣ ਉਹਦੀ ਆਦਤ ਕਹਿੰਦਾ ਇਕੱਲੇ ਬਾਬੇ ਦੇ ਤਵੀਤਾਂ ਤੇ ਵੀ ਨਹੀਂ ਰਹਿਣਾ ਚਾਹੀਦਾ ਆਪ ਵੀ ਬੰਦੇ ਨੂੰ ਮਾੜੀ ਮੋਟੀ ਹਾਰ ਗਏ ਲਓ ਜੀ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਲੈ ਉਭਰੇ ਕਿਰਾਂ ਜੱਸੀ ਕੱਪ ਲਿਆ ਜਾ ਕੇ